पंजाबी पढ़ो, पंजाबी बोलो ते पंजाबी लिखो दी यही फॉर्मूले नू जिहड़ा यही जिहड़ा गल नू ये अगे लोग लैके जा रहे ने। जो किसी ने नहीं आना, जो दिवाली की छुट्टियां घरे चल जाना जा कितने भी चल जाना भाजी होंगे, जो कोई नहीं होंगे उदो भाजी होंगे ने, तो कोई भी इतने आके कोई भी आके पढ़ा सकता। मैं भी ऐसी शुरू होया सीगा भी जी पढ़ाई होंगी है ना, यह सारे तक पहुँचनी चाहिए है। जो थोड़े बड़े ने उन्होंने घर के काम तो छुटकारा मिल जाता, फिर उन्होंने जो घर के काम नहीं कराते उन्होंने उन्होंने पढ़न भेज देते हैं, तो वो तो बचण के मारे तो काम आ जाते हैं, कहते जी आप पढ़ा लेंगे। कुछ मजबूरिया ने इन्हों दियाँ तो आप जिन्ना कुछ कोर्स कर सकते उन्होंने लिए अपने अपने लैवल से, ठीक है। तो जेडे दानी सज्जन ने उन्होंने सानू हमेशा सहयोग मिलता ही रहा है, तो उधर पास साढ़े कोई कमी पेशी नहीं आई। इन्हां वर्गे लोग हुण तां मेरे हिसाब नाल सिक्ख्या दा जिहड़ा मियार है वह कदे नीवा नहीं डिग सकता। तुसीं जदों रोड ते जांदे होवोगे तां अक्सर तुसीं छोटे छोटे बच्चों नूं भीख मंगदा जरूर देखिया होवेगा, ते कदे ना कदे तुसीं 5-10 रुपए उन्हां नूं भीख दे रूप दे विच दित्ते भी जरूर होणगे, पर ਇਹ ਭੀਖ ਦੇਣ ਦੇ ਨਾਲੋਂ ਇੱਕ ਨੌਜਵਾਨ ਅਜਿਹਾ ਮੌਜੂਦ ਹੈ ਅੱਜ PAU ਦੇ ਵਿੱਚ ਖੜ੍ਹੇ ਹਾਂ, ਅਤੇ ਉਹਨਾਂ ਨੂੰ ਭੀਖ ਦੇਣ ਦੀ ਬਜਾਏ ਭੀਖ ਦੇ ਵਿੱਚ ਸਿੱਖਿਆ ਦੇ ਰਿਹਾ ਅਤੇ ਪੜ੍ਹਾਈ ਉਹਨਾਂ ਨੂੰ ਦੇ ਰਿਹਾ। ਸਤਿ ਸ਼੍ਰੀ ਅਕਾਲ, ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾ। ਦੋਸਤੋ, ਲੁਧਿਆਣਾ ਦੇ PAU ਦੇ ਵਿੱਚ ਅਸੀਂ ਖੜ੍ਹੇ ਹਾਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਉਸ ਦੇ ਵਿੱਚ ਮੌਜੂਦ ਹਾਂ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਦੋਂ ਤੁਸੀਂ ਰੋਡ ਦੇ ਉੱਪਰ ਲੰਘਦੇ ਹੋ ਤਾਂ ਅਕਸਰ ਹੀ ਤੁਹਾਡੇ ਕੋਲ ਛੋਟੇ ਛੋਟੇ ਬੱਚੇ ਆਉਂਦੇ ਹੋਣਗੇ ਜਿਹੜੇ ਕੁਝ ਨਾ ਕੁਝ ਰੁਪਈਏ ਤੁਹਾਡੇ ਤੋਂ ਮੰਗਦੇ ਹੋਣਗੇ, ਅਤੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਸਿੱਖਿਆ ਦੀ ਲੋੜ ਹੁੰਦੀ ਹੈ, ਇੱਕ ਚੰਗੀ ਜਿਹੜੀ ਜਾਣਕਾਰੀ ਦੀ ਉਹਨਾਂ ਨੂੰ ਲੋੜ ਹੁੰਦੀ ਹੈ, ਅਤੇ ਅਜਿਹੀ ਸਿੱਖਿਆ ਇੱਕ ਨੌਜਵਾਨ ਵੱਲੋਂ ਜਿਹੜੀ ਪ੍ਰੋਵਾਈਡ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀ PAU ਦੀਆਂ, ਜਿੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਭਿਖਾਰੀ ਬੱਚੇ ਨੇ, ਜਿਹੜੇ ਗਰੀਬਾਂ ਦੇ ਬੱਚੇ ਨੇ, ਤਾਂ ਉਹਨਾਂ ਨੂੰ ਜਿਹੜਾ ਕੁਛ ਸਟੂਡੈਂਟਾਂ ਦੇ ਵੱਲੋਂ, ਕੁਛ ਸਟੂਡੈਂਟ ਨੇ ਇੱਥੇ ਅਤੇ ਇੱਕ ਲੈਬ ਅਟੈਂਡੈਂਟ ਜਿਹੜੇ ਟੀਚਰ ਨੇ, ਉਹਨਾਂ ਵੱਲੋਂ ਇਹ ਸਟੂਡੈਂਟਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਰੋਜ਼ ਜਿਹੜੀ ਕਲਾਸ ਲਗਾਈ ਜਾਂਦੀ ਹੈ। ਗੱਲਬਾਤ ਉਹਨਾਂ ਦੇ ਨਾਲ ਅਸੀਂ ਕਰਦੇ ਹਾਂ ਕਿ ਕਿਵੇਂ ਮਨ ਦੇ ਵਿੱਚ ਜਿਹੜਾ ਵਿਚਾਰ ਆਇਆ ਅਤੇ ਕਿਸ ਤਰ੍ਹਾਂ ਫਿਰ ਕਿੰਨਾ ਕੁ ਮੁਸ਼ਕਲ ਹੁੰਦਾ। ਤੁਸੀਂ ਇਹ ਗੱਲ ਤਾਂ ਦੇਖੀ ਹੋਊਗੀ ਕਿ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਆ ਅਤੇ ਜਦੋਂ ਉਹ ਭੀਖ ਮੰਗਣਾ ਸਟਾਰਟ ਕਰਦੇ ਆ ਅਤੇ ਉਹਨਾਂ ਨੂੰ ਇੱਕ ਲਾਲਚ ਪੈ ਜਾਂਦਾ ਉਹਨਾਂ ਦੇ ਮਨ ਦੇ ਵਿੱਚ ਕਿ ਅਸੀਂ ਮਤਲਬ ਭੀਖ ਮੰਗਦੇ ਹਾਂ ਅਤੇ ਦਿਨ ਦੇ ਵਿੱਚ ਜਿਹੜਾ 100-200 ਰੁਪਈਆ ਅਸੀਂ ਇਕੱਠਾ ਕਰਦੇ ਹਾਂ, ਪੈਸਿਆਂ ਦਾ ਆਪਾਂ ਕਹਿ ਦਈਏ ਇੱਕ ਲਾਲਚ ਪੈ ਜਾਂਦਾ, ਪਰ ਉਹਨਾਂ ਨਾਲੋਂ ਮੋੜ ਕੇ ਪੜ੍ਹਾਈ ਦੇ ਵੱਲ ਸੁਚੇਤ ਕਰਨਾ, ਇੱਕ ਚੰਗੇ ਰਾਹ 'ਤੇ ਉਹਨਾਂ ਨੂੰ ਲੈ ਕੇ ਜਾਣਾ, ਕਿੰਨਾ ਕੁ ਮੁਸ਼ਕਲ ਆਉਂਦਾ, ਕਿੰਨੇ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਕਿੰਨਾ ਕੁ ਬੱਚਿਆਂ ਨੂੰ ਪੜ੍ਹਾਉਣਾ ਜਿਹੜਾ ਔਖਾ, ਅਤੇ ਗੱਲਬਾਤ ਆਓ ਉਹਨਾਂ ਦੇ ਨਾਲ ਕਰਦੇ ਹਾਂ। ਗੁਰਪ੍ਰੀਤ ਮੇਰੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਠੀਕ ਠਾਕ ਹੋ ਜੀ? ਹਾਂਜੀ ਹਾਂਜੀ, ਸਭ ਵਧੀਆ, ਤੁਸੀਂ ਦੱਸੋ ਭਾਈ ਜੀ। ਅੱਛਾ, ਇਹ ਸ਼ੁਰੂਆਤ ਕਿਵੇਂ ਹੋਈ ਕਿ ਇੱਕ ਜਿਹੜੇ ਸਟੂਡੈਂਟ ਨੇ, ਮੈਂ ਦੇਖ ਰਿਹਾ ਤੁਸੀਂ ਜਿਹੜੇ ਅਕਸਰ ਹੁੰਦੇ ਨੇ ਗਰੀਬ ਤੁਹਾਡੇ ਕੋਲ ਲੋਕ ਨੇ, ਅਤੇ ਕਿਵੇਂ ਸ਼ੁਰੂਆਤ ਹੋਈ ਵੀ ਇਹਨਾਂ ਨੂੰ ਇੱਕ ਚੰਗਾ ਜਿਹੜਾ ਲੈਵਲ ਦਿੱਤਾ ਜਾਵੇ ਸਿੱਖਿਆ ਦਾ, ਇਹ ਚੀਜ਼ ਦਾ? ਭਾਅ ਜੀ, ਸਾਡੇ ਨਾ ਇੱਥੇ ਕਾਲਜ ਆਫ ਬੇਸਿਕ ਸਾਇੰਸ 'ਚ ਦੀਦੀ ਹੁੰਦੇ ਸੀਗੇ ਸਾਡੇ ਤੋਂ ਵੀ ਪਹਿਲਾਂ, ਮੈਂ 2018 ਜਾਇਆ ਉਹ ਤੋਂ ਪਹਿਲਾਂ ਦੇ ਨੇ, ਉਹ ਨਾ ਕੁਛ ਕੁ ਬੱਚਿਆਂ ਨੂੰ ਉਹਨਾਂ ਨੇ ਸਭ ਕੁਛ ਅਰੇਂਜਮੈਂਟ ਕੀਤੀ ਸੀਗੀ, ਉਹਨਾਂ ਨੇ ਲੇਬਰ ਦੇ ਨਾਲ ਗੱਲ ਕੀਤੀ ਜਾ ਕੇ ਅਤੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕੀਤੀ, ਤਾਂ ਕਾਲਜ ਆਫ ਬੇਸਿਕ ਸਾਇੰਸ ਦੇ ਸਾਹਮਣੇ ਬਹਿੰਦੇ ਹੁੰਦੇ ਸੀਗੇ, ਉੱਥੇ 2-3 ਟੇਬਲ ਕਦੇ ਸੀਗੇ ਅਤੇ ਉੱਥੇ ਬਹਿ ਕੇ ਪੜ੍ਹਾਉਣ ਦਿੰਦੇ ਸੀਗੇ, ਫਿਰ ਉਹਨਾਂ ਦੀ ਡਿਗਰੀ ਕੰਪਲੀਟ ਹੋ ਗਈ ਅਤੇ ਉਹ ਚਲੇ ਗਏ, ਅਤੇ ਉਹਨਾਂ ਦੇ ਨਾਲ ਸਿਮਰ ਭਾਅ ਜੀ ਹੁੰਦੇ ਸੀ ਆਪਣੇ ਥਾਪਰ ਹਾਊਸ ਸੀ, ਹੁਣ ਐਂਟਰ ਡਿਪਾਰਟਮੈਂਟ 'ਚ ਜੋਬ ਕਰਦੇ ਪਏ ਨੇ, ਅਤੇ ਉਹਨਾਂ ਨੇ ਫਿਰ ਕਿਉਂਕਿ ਨਾ ਬੱਚੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਉਹ ਇੱਥੇ ਹੀ ਨੇ, ਤਾਂ ਬੱਚੇ ਆਉਂਦੇ ਜਾਂਦੇ ਪਏ ਨੇ, ਉਹ ਆ ਜਿਹੜੇ ਸਭ ਕੁਛ ਕੰਟੇਨ ਕਰਕੇ ਰੱਖਿਆ ਪਿਆ ਜਿਨ੍ਹਾਂ ਨੇ, ਜਿਹੜੇ ਕੰਟੀਨਿਊ ਕੰਮ ਕਰਦੇ ਪਏ ਨੇ ਨਾ ਉਹ ਨੇ, ਅਤੇ ਫਿਲਹਾਲ ਉਹ ਆਪਣੇ ਕ੍ਰਿਕਟ ਦੇ ਮੈਚ ਲਈ ਬਾਹਰ ਗਏ ਨੇ, ਨਹੀਂ ਤਾਂ ਰੋਜ਼ ਇੱਥੇ ਹੁੰਦੇ ਨੇ, ਮਤਲਬ ਜਦੋਂ ਅਸੀਂ ਤਾਂ ਆਉਣਾ ਆ, ਜਦੋਂ ਕਿਸੇ ਨੇ ਨਹੀਂ ਆਉਣਾ, ਜਦੋਂ ਦਿਵਾਲੀ ਦੀ ਛੁੱਟੀਆਂ ਦੇ ਘਰੇ ਚੱਲ ਜਾਣਾ ਜਾਂ ਕਿਤੇ ਵੀ ਚੱਲ ਜਾਣਾ, ਭਾਜੀ ਹੁੰਦੇ, ਜਦੋਂ ਕੋਈ ਨਹੀਂ ਹੁੰਦਾ ਉਦੋਂ ਭਾਜੀ ਹੁੰਦੇ ਨੇ, ਪੱਕੀ ਡਿਊਟੀ ਇੱਕ ਲੱਗੀ ਹੋਈ ਆ ਵੀ ਡੇਲੀ ਬੱਚਿਆਂ ਨੂੰ ਪੜ੍ਹਾਉਣਾ ਹੀ ਪੜ੍ਹਾਉਣਾ। ਹਾਂਜੀ ਹਾਂਜੀ, ਸਭ ਕੁਛ ਮੈਨੇਜ ਵੀ ਉਹੀ ਕਰਦੇ ਨੇ, ਅਸੀਂ ਤਾਂ ਬਸ ਆ ਕੇ ਪੜ੍ਹਾ ਜਾਂਦੇ ਨੇ, ਤਾਂ ਕੋਈ ਵੀ ਇੱਥੇ ਆ ਕੇ ਕੋਈ ਵੀ ਆ ਕੇ ਪੜ੍ਹਾ ਸਕਦਾ। ਮੈਂ ਵੀ ਐਦੀ ਸ਼ੁਰੂ ਹੋਇਆ ਸੀਗਾ, ਮੈਂ ਪਿਛਲੇ ਸਾਲ ਐਵੇਂ ਗੁਰਦੁਆਰੇ ਆਇਆ ਸੀਗਾ ਮੱਥਾ ਟੇਕਣ ਲਈ, ਅਤੇ ਮੈਨੂੰ ਚੰਗਾ ਲੱਗਾ, ਮੈਂ ਭਾਜੀ ਨਾਲ ਗੱਲ ਕੀਤੀ, ਬਹੁਤ ਚੰਗੇ ਨੇ ਭਾਜੀ, ਕਦੇ ਓਪਰਾ ਨਹੀਂ ਲੱਗਾ ਅੱਜ ਤੱਕ, ਬਹੁਤ ਆਪਣੇ ਪੰਨਾ ਰਹਿੰਦੇ ਨੇ, ਬੱਚੇ ਬੜੇ ਪਿਆਰੇ ਨੇ ਜੀ। ਅੱਛਾ ਭਾਈ ਗੁਰਪ੍ਰੀਤ, ਜੇ ਮੈਂ ਗੱਲ ਕਰ ਲਾਂ ਵੀ ਤੁਸੀਂ ਖੁਦ ਇੱਥੇ ਬੱਚਿਆਂ ਨੂੰ ਪੜ੍ਹਾਉਂਦੇ ਹੋ, ਕਿਉਂਕਿ ਜ਼ਿਆਦਾਤਰ ਜਿਹੜੇ ਮਤਲਬ ਭੀਖ ਬੱਚੇ ਮੰਗਦੇ ਨੇ ਉਹਨਾਂ ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ ਹੋ, ਅਤੇ ਮੁਸ਼ਕਲ ਕਿੰਨਾ ਕੁ ਹੁੰਦਾ ਕਿ ਇੱਕ ਬੱਚਿਆਂ ਦੇ ਮਨ 'ਚ ਕਿਤੇ ਨਾ ਕਿਤੇ ਲਾਲਚ ਵੀ ਹੁੰਦਾ, ਅਸੀਂ ਦਿਨ ਦਾ 100-200 ਰੁਪਇਆ ਇਕੱਠਾ ਕਰਦੇ ਹਾਂ, ਪੈਸਿਆਂ ਦੇ ਲਾਲਚ ਨੂੰ ਛੱਡ ਕੇ ਸਿੱਖਿਆ ਬੱਚਾ ਤੁਹਾਡੇ ਕੋਲ ਇੱਥੇ ਲੈਣ ਆਉਂਦੇ ਨੇ, ਮੁਸ਼ਕਲ ਕਿੰਨਾ ਕੁ ਹੁੰਦਾ ਇਹਦੇ ਵੱਲ ਮੋੜਨਾ?
ਜੀ ਬੱਚਿਆਂ ਨੂੰ ਇਹੀ ਤਾਂ ਗੱਲ ਬੱਚਿਆਂ ਨੂੰ ਪੜ੍ਹਾਈ ਤੋਂ ਪਹਿਲਾਂ ਥੋੜ੍ਹੀ ਜਿਹੀ ਨਾ ਤਮੀਜ਼ ਥੋੜ੍ਹੇ ਚੰਗੇ ਗੁਣ ਸਿਖਾਉਣੇ ਪੈਂਦੇ ਨੇ ਸਾਨੂੰ ਤਾਂ ਸਿੱਖੇ ਸਿਖਾਏ ਮਿਲ ਗਏ ਸਿਮਰ ਭਾਈ ਨੇ ਪਹਿਲੀ ਸਭ ਕੁਛ ਸਿਖਾਇਆ ਹੋਇਆ ਸੀਗਾ ਸਾਡੀ ਵੱਲੋਂ ਸਿਰ ਪੜ੍ਹਦੇ ਹੀ ਨੇ ਅਤੇ ਹਾਂ ਆਦਤਾਂ ਹੁੰਦੀਆਂ ਨੇ ਬੱਚਿਆਂ ਦੀਆਂ ਅੱਜ ਕਈ ਵਾਰ ਬੱਚਾ ਦਿਖ ਜਾਵੇ ਤਾਂ ਸਾਡੇ 'ਚ ਕੋਈ ਵੀ ਹੋਵੇ ਨੈਸਕੈਫੇ ਵਗੈਰਾ ਤਾਂ ਅਸੀਂ ਟੋਕ ਦਿੰਦੇ ਹਾਂ ਬੱਚਿਆਂ ਨੂੰ ਵੈਸੇ ਹੁੰਦੇ ਨੀਗੇ ਹੁਣ ਬਹੁਤ ਘੱਟ ਗਏ ਨੇ ਬੱਚੇ ਅਤੇ ਬਾਕੀ ਬੱਚੇ ਪੜ੍ਹਾਈ ਵਿੱਚ ਬੱਚਿਆਂ ਦਾ ਮਨ ਤਾਂ ਹੈਗਾ ਕਿਉਂ ਬੱਚੇ ਨੇ ਤਾਂ ਉਹਨਾਂ ਨੂੰ ਘਰ ਤੋਂ ਜਿਹੜੇ ਥੋੜ੍ਹੇ ਵੱਡੇ ਨੇ ਉਹਨਾਂ ਨੂੰ ਘਰ ਦੇ ਕੰਮ ਤੋਂ ਛੁਟਕਾਰਾ ਮਿਲ ਜਾਂਦਾ ਫਿਰ ਉਹਨਾਂ ਦੇ ਜਿਹੜੇ ਘਰ ਦੇ ਕੰਮ ਨਹੀਂ ਕਰਾਉਂਦੇ ਉਹਨਾਂ ਤੋਂ ਉਹਨਾਂ ਨੂੰ ਪੜ੍ਹਨ ਭੇਜ ਦਿੰਦੇ ਨੇ ਤਾਂ ਉਹ ਤੋਂ ਬਚਣ ਦੇ ਮਾਰੇ ਤਾਂ ਕੰਮ ਆ ਜਾਂਦੇ ਨੇ ਅਤੇ ਇੱਥੇ ਅਸੀਂ ਆਪ ਪੜ੍ਹਾ ਲੈਂਦੇ ਹਾਂ ਪਿਆਰ ਨਾਲ ਡੰਡੇ ਨਾਲ ਮੈਂ ਡੰਡੇ ਨਾਲ ਕੁੜੀਆਂ ਪਿਆਰ ਨਾਲ ਅਤੇ ਚੱਲੀ ਜਾਂਦਾ ਕੰਮ ਜੀ ਅੱਛਾ ਗੁਰਪ੍ਰੀਤ ਬਾਈ ਇੱਕ ਮੈਂ ਹੋਰ ਜਿਹੜਾ ਸਵਾਲ ਕਰਨਾ ਚਾਹੂੰਗਾ ਕਿ ਇਹ ਜਿਹੜੇ ਬੱਚੇ ਨੇ ਜ਼ਿਆਦਾਤਰ ਆਊਟ ਆਫ ਸਟੇਟ ਆ ਤੁਹਾਡੇ ਕੋਲ ਹੈ ਨਾ ਬਾਹਰਲੀਆਂ ਸਟੇਟ ਦੇ ਬੱਚੇ ਜ਼ਿਆਦਾਤਰ ਇਹਨਾਂ ਦੀ ਲੈਂਗੁਏਜ਼ ਵੀ ਥੋੜ੍ਹੀ ਜਿਹੀ ਹੋਰ ਹੋਊਗੀ ਅਤੇ ਫਿਰ ਮੁਸ਼ਕਲ ਆਉਂਦੀ ਕਿਤੇ ਨਾ ਕਿਤੇ ਇਹਨਾਂ ਨੂੰ ਸਮਝਾਉਣ ਪ੍ਰਤੀ ਜਾਂ ਜਿਹੜਾ ਤੁਸੀਂ ਸਟੱਡੀ ਕਰਵਾਉਂਦੇ ਉਹਦੇ ਸੰਬੰਧੀ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਭਾਅ ਜੀ ਅਸੀਂ ਇਹਨਾਂ ਨੂੰ ਨਾ ਇੱਥੇ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਤਾਂ ਦਵਾਤੀ ਹੈ ਜ਼ਿਆਦਾਤਰ ਬੱਚਿਆਂ ਨੂੰ ਪਰ ਪ੍ਰੋਬਲਮ ਉਹਦੇ 'ਚ ਇਹ ਆਉਂਦੀ ਪੰਜਾਬੀ ਦੀ ਆਉਂਦੀ ਆ ਕਿਉਂਕਿ ਅਸੀਂ ਇਹਨਾਂ ਨੂੰ ਪੰਜਾਬੀ ਉੱਥੇ ਵੀ ਸਿਖਾਉਂਦੇ ਅਸੀਂ ਵੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਕੁਛ ਲਫ਼ਜ਼ ਜਿਹੜੇ ਜ਼ੁਬਾਨ 'ਤੇ ਹੁੰਦੇ ਨੇ ਇਹਨਾਂ ਲਈ ਮੁਸ਼ਕਿਲ ਜਿੱਦਾਂ ਜੱਜਾ ਜੱਜਾ ਅੜਾੜਾ ਰਾਰਾ ਤਾਂ ਉਹਦੇ 'ਚ ਕਾਫ਼ੀ ਪਰੇਸ਼ਾਨੀ ਆਉਂਦੀ ਬੱਚਿਆਂ ਦੇ ਲਈ ਤਾਂ ਫਿਰ ਹਾਲ ਅਸੀਂ ਛੋਟੇ ਨੇ ਅਸੀਂ ਛੱਡ ਦਿੰਦੇ ਹਾਂ ਵੀ ਥੋੜ੍ਹਾ ਬਹੁਤ ਯਾਦ ਹੀ ਕਰ ਲੈਣ ਬੱਚੇ ਵੀ ਉਨਾ ਹੀ ਬਹੁਤ ਆ ਪਰ ਹੌਲੀ ਹੌਲੀ ਸਿੱਖ ਜਾਣਗੇ ਜਿਹੜੇ ਬੱਚੇ ਵੱਡੇ ਨੇ ਥੋੜ੍ਹੇ ਜਿਹੇ ਉਹ ਸਿੱਖ ਗਏ ਨੇ ਪੰਜਾਬੀ ਕਹਿਣ ਦਾ ਮਤਲਬ ਤੁਸੀਂ ਹੁਣ ਪੰਜਾਬੀ ਵਾਲਾ ਤੜਕਾ ਲਾਉਣਾ ਸਟਾਰਟ ਕਰਤਾ ਹਾਂਜੀ ਹਾਂਜੀ ਤਾਂ ਥੋੜ੍ਹਾ ਜਿਹਾ ਤੜਕਾ ਤਾਂ ਲਾਉਣਾ ਪੈਂਦਾ ਪੰਜਾਬੀ ਅਸੀਂ ਇੱਥੇ ਕੋਸ਼ਿਸ਼ ਕਰਦੇ ਪੰਜਾਬੀ ਨਾਲ ਪੰਜਾਬੀ ਸਮਝ ਆਉਂਦੇ ਨੇ ਬੱਚੇ ਬਸ ਬੋਲਦੇ ਘੱਟ ਨੇ ਕਿਉਂਕਿ ਛੋਟੇ ਜ਼ਿਆਦਾਤਰ ਬੱਚੇ ਤੁਸੀਂ ਦੇਖੋਗੇ ਛੋਟੇ ਨੇ ਜਿਹੜੇ ਵੱਡੇ ਨੇ ਪੰਜਾਬੀ 'ਚ ਗੱਲ ਵੀ ਕਰ ਲੈਂਦੇ ਨੇ ਅਤੇ ਗੁਰਪ੍ਰੀਤ ਬਾਈ ਮੈਂ ਜੇ ਗੱਲ ਕਰਾਂ ਵੀ ਤੁਹਾਡਾ ਹੋਰ ਵੀ ਕੋਈ ਸੰਯੋਗ ਕਰਦਾ ਕਿਉਂਕਿ ਇੱਕ ਵਧੀਆ ਤੁਸੀਂ ਬਹੁਤ ਵਧੀਆ ਜਿਹੜਾ ਉਪਰਾਲਾ ਕਰ ਰਹੇ ਹੋ ਇੱਕ ਸਿੱਖਿਆ ਦੀ ਅੱਜ ਕੱਲ੍ਹ ਬੜੀ ਲੋੜ ਆ ਸਾਡੇ ਸਮਾਜ ਨੂੰ ਹੈ ਨਾ ਸਾਡੇ ਪੰਜਾਬ ਨੂੰ ਸਿੱਖਿਆ ਦੀ ਲੋੜ ਹੈ ਚੰਗੀ ਸਿੱਖਿਆ ਦੀ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੋਰ ਕਿਹਦਾ ਕਿਹਦਾ ਸੰਯੋਗ ਤੁਹਾਨੂੰ ਰਿਹਾ ਸਹਿਯੋਗ ਇੱਥੇ ਸਾਡੇ ਕਿੰਨੇ ਟੀਚਰ ਸਾਹਿਬਾਨ ਨੇ ਜਿਹੜੇ ਅਸੀਂ ਇਸ ਗੁਰਦੁਆਰੇ ਦੇ ਬਾਹਰ ਬੈਠੇ ਹੁੰਦੇ ਨਾ ਤਾਂ ਕੋਈ ਵੀ ਗੁਰਦੁਆਰੇ ਚੌਂਕ ਪਿੱਛੇ ਇੱਕ ਕਪਲ ਆਏ ਸੀਗੇ ਉਹ ਸਾਨੂੰ 500 ਰੁਪਏ ਡੋਨੇਟ ਕਰਕੇ ਗਏ ਨੇ ਜ਼ਿਆਦਾਤਰ ਲੋਕ ਸਾਡੇ ਨਾਲ ਸਿਮਰ ਭਾਈ ਨਾਲ ਗੱਲ ਕਰਦੇ ਨੇ ਅਤੇ ਸਾਨੂੰ ਡੋਨੇਸ਼ਨ ਦੀ ਕਦੀ ਕੋਈ ਕਮੀ ਨਹੀਂ ਆਈ ਸਮਾਨ ਦੇ ਨਾਲ ਅਲਮਾਰੀ ਭਰੀ ਪਈ ਰਹਿੰਦੀ ਆ ਸਟੇਸ਼ਨਰੀ ਦਾ ਬੁੱਕਾਂ ਦਾ ਕਿਤਾਬਾਂ ਦਾ ਲੋਕ ਇੱਥੇ ਆ ਕੇ ਆਪਣਾ ਬਰਥਡੇ ਤੱਕ ਮਨਾ ਕੇ ਜਾਂਦੇ ਨੇ ਤਾਂ ਸਮਾਨ ਦੀ ਅੱਜ ਇੱਕ ਭਾਅ ਜੀ ਇੱਥੇ ਕੱਪੜੇ ਦੇ ਕੇ ਗਏ ਨੇ ਕਿੱਟਾਂ ਵਗੈਰਾ ਅਤੇ ਵੈਸੇ ਜੋ ਕੋਈ ਮਾੜੀ ਮੋਟੀ ਪੇਸ਼ੀ ਕਮੀ ਆਉਂਦੀ ਸਿਮਰ ਭਾਅ ਜੀ ਆਪ ਹੀ ਪੂਰੀ ਕਰ ਦਿੰਦੇ ਨੇ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਵੀ ਕਦੀ ਕਮੀ ਪੇਸ਼ੀ ਆਈ ਹੋਵੇ ਅਤੇ ਸਮਾਨ ਵੱਲੋਂ ਕਦੀ ਕਮੀ ਨਹੀਂ ਆਈ ਅੱਛਾ ਗੁਰਪ੍ਰੀਤ ਬਾਈ ਮੈਂ ਇੱਕ ਗੱਲ ਕਰ ਲਾਂ ਵੀ ਕਈ ਬੱਚਿਆਂ ਨੂੰ ਫਿਰ ਥੋੜ੍ਹਾ ਬਹੁਤਾ ਲਾਲਚ ਵੀ ਦੇਣਾ ਪੈਂਦਾ ਕਿਉਂਕਿ ਪੜ੍ਹਾਈ ਦੇ ਨਾਲ ਜੋੜਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕੋਈ ਆਸਾਨ ਨਹੀਂ ਹੁੰਦਾ ਜਿਹੜਾ ਕੰਮ ਹੈ ਕੋਈ ਲਾਲਚ ਫਿਰ ਤੁਸੀਂ ਦਿੰਦੇ ਹੋ ਬੱਚਿਆਂ ਨੂੰ ਹਾਂਜੀ ਹਾਂਜੀ ਸਿਮਰ ਭਾਈ ਨੇ ਤਾਂ ਚਪਰਾਏ ਪਏ ਨੇ ਕੁਛ ਛੋਟੇ ਬੱਚੇ ਨੇ ਅਤੇ ਜੋ ਕੋਈ ਬੱਚਾ ਰੁੱਸ ਜਾਂਦਾ ਆ ਤਾਂ ਭਾਈ ਆਈਸਕ੍ਰੀਮ ਦਾ ਖਿਲਾਉਣ ਲੈ ਕੇ ਜਾਂਦੇ ਰਹੇ ਨੇ ਕਿਉਂਕਿ ਹਾਂ ਬੱਚੇ ਰੁੱਸ ਜਾਂਦੇ ਨੇ ਜਦੋਂ ਅਸੀਂ ਉਹਨਾਂ ਨੂੰ ਥੋੜ੍ਹਾ ਡਰਾਉਂਦੇ ਧਮਕਾਉਂਦੇ ਹਾਂ ਅਤੇ ਪਰ ਹਾਂ ਲਾਲਚ ਉਹਨਾਂ ਨੂੰ ਇਹਨਾਂ ਨੂੰ ਇਹ ਲਾਲਚ ਦਾ ਇੱਕ ਤਾਂ ਕੰਮ ਤੋਂ ਬਚ ਜਾਂਦੇ ਨੇ ਇੱਥੇ ਖਾਣ ਪੀਣ ਨੂੰ ਵੀ ਮਿਲਦਾ ਹੈ ਕੱਪੜੇ ਵੀ ਮਿਲਦੇ ਨੇ ਪੜ੍ਹਾਈ ਨੂੰ ਵੀ ਮਿਲਦਾ ਤਾਂ ਉਹਦੇ ਚੱਕਰ 'ਚ ਜੇ ਪੜ੍ਹਾਈ ਹੁੰਦੀ ਆ ਤਾਂ ਵਧੀਆ ਹੀ ਆ ਜੋ ਵੀ ਹੋ ਰਿਹਾ ਵਧੀਆ ਹੀ ਆ ਅਤੇ ਗੁਰਪ੍ਰੀਤ ਬਾਈ ਲਾਸਟ ਸਵਾਲ ਆਪਾਂ ਕਰਦੇ ਹਾਂ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਇਸ ਟਾਈਮ ਦੇਖ ਰਹੇ ਆ ਕੀ ਸੁਨੇਹਾ ਜਾਂਦਾ ਗੁਰਪ੍ਰੀਤ ਵੱਲੋਂ ਹਾਂਜੀ ਜੀ ਮੈਸੇਜ ਦੇਣ ਜੋਗਾ ਤਾਂ ਮੈਂ ਮਤਲਬ ਕੁਛ ਖਾਸ ਹੈ ਨਹੀਂ ਗਾ ਪਰ ਮੈਂ ਸਿਰਫ ਇਹੀ ਕਹੂੰਗਾ ਵੀ ਜਿਹੜੀ ਪੜ੍ਹਾਈ ਹੁੰਦੀ ਆ ਨਾ ਇਹ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਆ ਅਤੇ ਹੁਣ ਆਪਾਂ ਭਾਗ ਨਹੀਂ ਕਹਿ ਸਕਦੇ ਕੁਛ ਮਜਬੂਰੀਆਂ ਨੇ ਇਹਨਾਂ ਦੀਆਂ ਤਾਂ ਆਪਾਂ ਜਿੰਨਾ ਕੁਛ ਹੋ ਕਰ ਸਕਦੇ ਉਹਨਾਂ ਦੇ ਲਈ ਆਪਣੇ ਆਪਣੇ ਲੈਵਲ 'ਤੇ ਠੀਕ ਹੈ ਜਦੋਂ ਆਪਾਂ ਸਟੂਡੈਂਟ ਹਾਂ ਸਾਡੇ ਕੋਲ ਫਰੀ ਟਾਈਮ ਹੁੰਦਾ ਆ ਤਾਂ ਜਿਹਦੇ ਕੋਲ ਜੇ ਫਰੀ ਟਾਈਮ ਹੈਗਾ ਆ ਜੇ ਯੂਨੀਵਰਸਿਟੀ ਦੇ ਵਿੱਚ ਤਾਂ ਉਹ ਆ ਸਕਦਾ ਆ ਠੀਕ ਹੈ ਅਤੇ ਜਿਹੜੇ ਦਾਨੀ ਸੱਜਣ ਨੇ ਉਹਨਾਂ ਦੀ ਸਾਨੂੰ ਹਮੇਸ਼ਾ ਸਹਿਯੋਗ ਮਿਲਦਾ ਹੀ ਰਿਹਾ ਆ ਅਤੇ ਉੱਧਰ ਪਾਸੇ ਸਾਡੇ ਵੱਲ ਕੋਈ ਕਮੀ ਪੇਸ਼ੀ ਨਹੀਂ ਆਈ ਉੱਧਰ ਸਾਡੇ ਭਾਅ ਜੀ ਆ ਚੁੱਕੇ ਨੇ ਅਤੇ ਇਹ ਵੀ ਇਹ ਮੇਰੇ ਤੋਂ ਪਹਿਲਾਂ ਦੇ ਨੇ ਸਾਡੇ ਪੁਰਾਣਿਆਂ ਦੇ ਵਿੱਚੋਂ ਨੇ ਅਤੇ ਇਹਨਾਂ ਦੀ ਛਤਰ ਸ਼ਾਇਟ ਅਸੀਂ ਬੈਠੇ ਹਾਂ ਠੀਕ ਹੈ ਭਾਅ ਜੀ ਸੋ ਕਹਿੰਦੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਅਤੇ ਸਿੱਖਿਆ ਦੀ ਅੱਜ ਕੱਲ੍ਹ ਲੋ ਅਸੀਂ ਗੱਲ ਕਰ ਲਈਏ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਇੱਕ ਚੰਗੀ ਸਿੱਖਿਆ ਦੀ ਬੜੀ ਲੋੜ ਹੈ ਅਤੇ ਜਿੱਥੇ ਗੁਰਪ੍ਰੀਤ ਬਾਈ ਵਰਗੇ ਜਾਂ ਜਿਹੜੇ ਇਹਨਾਂ ਦੇ ਸੀਨੀਅਰ ਨੇ ਇਹਨਾਂ ਵਰਗੇ ਲੋਕ ਹੋਣ ਤਾਂ ਮੇਰੇ ਹਿਸਾਬ ਨਾਲ ਸਿੱਖਿਆ ਦਾ ਜਿਹੜਾ ਮਿਆਰ ਹੈ ਉਹ ਕਦੇ ਨੀਵਾਂ ਨਹੀਂ ਡਿੱਗ ਸਕਦਾ ਹਮੇਸ਼ਾ ਉੱਪਰ ਹੀ ਉੱਠੇਗਾ ਇੱਕ ਸਮਾਜ ਨੂੰ ਚੰਗੀ ਸੇਧ ਦੇ ਰਹੇ ਨੇ ਸਮਾਜ ਨੂੰ ਇੱਕ ਚੰਗੀ ਦੇਣ ਦੇ ਰਹੇ ਨੇ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਬੱਚੇ ਨੇ ਛੋਟੇ ਛੋਟੇ ਫ੍ਰੀ ਦੇ ਵਿੱਚ ਪੜ੍ਹਾਉਂਦੇ ਨੇ ਹਾਲਾਂਕਿ ਸਾਡੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਆ ਬਹੁਤ ਜ਼ਿਆਦਾ ਜਿਹੜੀ ਬਿਜ਼ੀ ਅਸੀਂ ਚੱਲ ਰਹੇ ਹਾਂ ਸਾਡੇ ਕੋਲ ਆਪਣੇ ਖੁਦ ਦੇ ਕੰਮਕਾਰ ਇੰਨੇ ਹੁੰਦੇ ਨੇ ਕਿ ਅਸੀਂ ਜਿਹੜਾ 5 ਮਿੰਟ ਦਾ ਸਮਾਂ ਵੀ ਕਿਸ ਲਈ ਨਹੀਂ ਕੱਢ ਪਾਉਂਦੇ ਪਰ ਫਿਰ ਵੀ ਅਜਿਹੇ ਸ਼ਖਸ ਵੀ ਇਸ ਦੁਨੀਆ 'ਤੇ ਮੌਜੂਦ ਨੇ ਜਿਹੜਾ ਆਪਣਾ ਸਭ ਕੁਝ ਛੱਡ ਕੇ ਆਪਣਾ ਜਿਹੜਾ ਸਮਾਂ ਉਸ ਨੂੰ ਛੱਡ ਕੇ
अजिहे लोगों की भी सानू सपोर्ट करनी चाहिए, अजिहे लोगों का भी सानू साथ जरूर देना चाहिए जिहड़े सिक्ख्या नू लैके एक चंगा काम कर रहे हैं। तो हुण मैं गल करा पंजाबी पढ़ो पंजाबी बोलो तो पंजाबी लिखो दी यही फॉर्मूले जिहड़ा यही जिहड़ा गल नू अगे लोग लैके जा रहे हैं। तो साडे नाल जुड़े हो द सिटी हेडलाइनस देख रहे हो तुसीं, मैं तुहाडा दोस्त गगन समात नाल कैमरामैन प्रिंस कुमार।